ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿਖੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਲਈ ਲਗਾਇਆ ਗਿਆ ਨਾਕਾ। ਇਸ ਮੌਕੇ ਬੋਲਦਿਆਂ ਥਾਣਾ ਕਨਾਲ ਕਲੋਨੀ ਦੇ ਐਸ ਓ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਸਪੈਸ਼ਲ ਡਰਾਈਵ ਚਲਾਈ ਗਈ ਉੱਚ ਅਫਸਰਾਂ ਦੀ ਹਦਾਇਤ ਦੇ ਅਨੁਸਾਰ, ਜਿਸ ਦੇ ਵਿੱਚ ਸਾਡੇ ਵੱਲੋਂ ਪਲਸਰ ਮੋਟਰਸਾਈਕਲ ਅਤੇ ਸਕਾਰਪੀਓ ਗੱਡੀਆਂ ਜ਼ਿਆਦਾ ਚੈੱਕ ਕੀਤੀਆਂ ਜਾ ਰਹੀਆਂ, ਕਿਉਂਕਿ ਇਹਨਾਂ ਗੱਡੀਆਂ ਦੇ ਵਿੱਚ ਅਕਸਰ ਹੀ ਕੋਈ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਜੋ ਮੋਟਰਸਾਈਕਲ ਹਨ ਇਹ ਵਾਰਦਾਤਾਂ ਦੇ ਲਈ ਵਰਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਸਪੈਸ਼ਲ ਨਾਕਾਬੰਦੀ ਕਰਕੇ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਚੈਕਿੰਗ ਕੀਤੀ ਗਈ। ਜਿਹੜੀ ਸਾਡੀ ਮਾਨਯੋਗ ਸੀਨੀਅਰ ਅਫਸਰ ਵੱਲੋਂ ਸਪੈਸ਼ਲ ਵਹੀਕਲ ਚੈਕਿੰਗ ਜਿਹੜੀ ਡਰਾਈਵ ਚੱਲ ਰਹੀ ਹੈ, ਜਿਹਦੇ ਵਿੱਚ 11 ਤੋਂ ਲੈ ਕੇ 2 ਵਜੇ ਤੱਕ ਜਿਹੜੀ ਅਸੀਂ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੇ ਹਾਂ, ਜਿਹਦੇ ਵਿੱਚ ਸਕਾਰਪੀਓ ਗੱਡੀਆਂ ਪਲਸਰ ਮੋਟਰਸਾਈਕਲ ਦੀ ਚੈਕਿੰਗ ਕਰ ਰਹੇ ਸੀ। ਉਹਦੇ 'ਚ ਕੋਈ ਅਣਸੁਖਾਵੀ ਘਟਨਾ ਵਾਪਰੇ, ਕੋਈ ਬੰਦਾ ਵੈਪਨ ਲੈ ਕੇ ਨਾ ਘੁੰਮੇ, ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰੇ। ਪਲਸਰ ਮੋਟਰ ਵੈਸੇ ਸਪੈਸ਼ਲ ਡਰਾਈਵ ਹੈ, ਕਿਉਂਕਿ ਵੀ ਇਸ ਤਰ੍ਹਾਂ ਦੇ ਜਿਹੜੇ ਪਲਸਰ ਮੋਟਰਸਾਈਕਲ ਪਹਿਲਾਂ ਵਾਰਦਾਤਾਂ ਵਿੱਚ ਆਉਂਦੇ ਰਹਿੰਦੇ ਆ, ਤਾਂ ਕਰਕੇ ਚੈੱਕ ਕਰ ਰਹੇ।